ਮਿਲਕ ਫੈਡ ਪੰਜਾਬ ਵੱਲੋਂ ਤਨਖਾਹ ਅਤੇ ਭੱਤਿਆਂ ਸੰਬੰਧੀ ਲਾਗੂ ਕੀਤੀ ਨਵੀਂ ਨੀਤੀ ਦੇ ਖਿਲਾਫ ਵੇਰਕਾ ਮਿਲਕ ਪਲਾਂਟ ਸੰਗਰੂਰ ਦੇ ਵਰਕਰ ਯੂਨੀਅਨ ਵੱਲੋਂ ਰੋਸ ਰੈਲੀ ਕੀਤੀ ਗਈ। ਵਰਕਰ ਯੂਨੀਅਨ ਦੇ ਮੈਂਬਰਾਂ ਮੁਤਾਬਕ ਮਿਲਕ ਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਵੱਲੋਂ ਲਾਗੂ ਕੀਤੀ ਨਵੀਂ ਵੇਤਨ ਪਾਲਿਸੀ ਦੁਆਰਾ ਮਿਲਕ ਫੈਡ ਪੰਜਾਬ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਦਕਿ ਪਹਿਲਾਂ ਵੇਰਕਾ ਮਿਲਕ ਪਲਾਂਟ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਬਾਕੀ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਹੀ ਤਨਖਾਹਾਂ ਅਤੇ ਹੋਰ ਪੱਤੇ ਦਿੱਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਮਿਲਕ ਫੈਡ ਦੇ ਨਿੱਜੀਕਰਨ ਦੀ ਇਹ ਸਾਜ਼ਿਸ਼ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਡੇ ਜਿਹੜੇ ਵਰਕਰਾਂ ਦੇ ਨਾਲ ਬੜੀਆਂ ਮਾਰੂ ਨੀਤੀਆਂ ਅਪਣਾ ਰਹੀ ਹੈਗੀ, ਮਤਲਬ ਇੰਨੇ ਪੈਸੇ ਆਪਦੇ ਦਫ਼ਤਰ ਉੱਤੇ ਖਰਚ ਕਰਤੇ, ਸਾਡੇ ਇੱਥੇ ਜਿਹੜੇ ਮੁਲਾਜ਼ਮਾਂ ਦੇ ਆ ਗਏ ਉਹਨਾਂ ਨੂੰ ਡੀਲਿੰਕ ਕਰਨ ਦੇ ਉੱਤੇ ਇਹ ਸਰਕਾਰ ਮੈਨੇਜਮੈਂਟ ਤੁਲੀ ਹੋਈ ਆ ਵੀ ਇਹਨਾਂ ਨੂੰ ਜਿਹੜਾ ਮੁਲਾਜ਼ਮਾਂ ਨੂੰ ਨਾ ਤਾਂ ਇਹਨਾਂ ਨੂੰ ਭੱਤਾ ਦਿੱਤਾ ਜਾਵੇ। ਸਰਕਾਰੀ ਤੌਰ 'ਤੇ ਤਾਂ ਇੰਨੇ ਚਿਰ ਦੇ ਅਸੀਂ ਜਿਹੜੇ ਮੁਲਾਜ਼ਮ ਲੱਗੇ ਹੈਗੇ, ਸੋ ਅਸੀਂ ਮਤਲਬ ਸਰਕਾਰ ਦੀਆਂ ਨੀਤੀਆਂ ਦੇ ਆਧਾਰ 'ਤੇ ਜੋ ਤਨਖਾਹ ਵਗੈਰਾ ਸਭ ਕੁਝ ਲੈ ਰਹੇ ਹਾਂ, ਪਰ ਇਹ MD ਨੇ ਇਹੋ ਜਿਹੀਆਂ ਮਾਰੂ ਨੀਤੀਆਂ ਚਲਾਈਆਂ ਗੀਆਂ ਜਿਹਦਾ ਕਰਕੇ ਸਾਡੇ ਪਲਾਂਟਾਂ ਨੂੰ ਡੀਲਿੰਕ ਕਰਕੇ ਇਹ ਆਪ ਐਸ਼ ਪ੍ਰਸਤੀ ਕਰਨਾ ਚਾਹੁੰਦਾ ਗਾ ਅਤੇ ਸਾਡੇ ਜਿਹੜੇ ਮਤਲਬ ਮੁਲਾਜ਼ਮ ਆ ਉਹਨਾਂ ਨੂੰ ਇਹ ਮਾਰਨਾ ਚਾਹੁੰਦਾ। ਇਹਨਾਂ ਨੇ ਹੁਣ ਤੱਕ ਦਾ ਅਜਿਹਾ ਮਾਹੌਲ ਬਣਾ ਰੱਖਿਆ ਸਾਡੇ ਸਾਰੇ ਪਲਾਂਟਾਂ ਦੇ ਵਿੱਚ, ਇੰਨੀ ਬੰਦਿਆਂ ਦੇ ਸਟ੍ਰੈਸ ਪਾ ਰੱਖੀ ਆ, ਜਿਹੜੇ ਮੁਲਾਜ਼ਮ ਪੱਕੇ ਤੌਰ 'ਤੇ ਉਹ ਘੱਟ ਚੁੱਕੇ ਨੇ, ਜਿਹੜੇ ਦੂਜੇ ਕੱਚੇ ਰੱਖੇ ਹੋਏ ਆ ਉਹਨਾਂ ਦਾ ਕੋਈ ਕੰਮ ਨਹੀਂ ਕਰ ਰਹੇ, ਆਪਦੀ ਸਿੱਧੇ ਤੌਰ 'ਤੇ ਨੀਤੀ ਦੇ ਤੌਰ 'ਤੇ ਭਰਤੀ ਕਰ ਰਹੇ ਆ। ਭਰਤੀ ਵੀ ਇਸ ਤਰ੍ਹਾਂ ਦੀ ਹੈਗੀ ਵੀ ਕਾਲਜ ਦੇ ਵਿੱਚ ਜਾਂਦੇ ਜਿਹੜੇ ਬੰਦਿਆਂ ਨੂੰ ਜੀ ਕਰਦਾ ਚੱਕ ਕੇ ਲਾ ਕੇ ਇੱਥੇ ਮੂਹਰੇ ਲਾ ਦਿੰਦੇ ਨੇ, ਔਰ ਉਹਨਾਂ ਨੂੰ ਵੀ 3-3 ਸਾਲ ਇਸ ਹਿਸਾਬ ਜਿਹੇ ਨਾਲ ਰੱਖਦੇ ਨੇ ਵੀ ਜੇ ਕਿਸੇ ਨੂੰ ਕੰਟਰੈਕਟ ਬੇਸ 'ਤੇ ਰੱਖ ਲਿਆ, ਕਿਸੇ ਨੂੰ ਮਤਲਬ ਬੈਕ ਫੀਡ ਇਹੋ ਜਿਹੀ ਬਣਾ ਰੱਖੀ ਇਹਨਾਂ ਨੇ ਜਿਹਦੇ ਨਾਲ ਮਤਲਬ ਕਰਮਚਾਰੀਆਂ ਦਾ ਕੰਮ ਦਾ ਮਨੋਵਾਲਾ ਬਿਲਕੁਲ ਗਿਰਦਾ ਜਾ ਰਿਹਾ, ਔਰ ਇਹਨਾਂ ਨੇ ਆਪਣੇ ਐਡੇ ਮਹਿੰਗੇ ਮਹਿੰਗੇ ਕੰਸਲਟੈਂਟ ਰੱਖ ਰੱਖੇ ਨੇ ਜਿਹਦੇ ਨਾਲ ਮਤਲਬ ਅਦਾਰੇ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ। ਫਿਰ ਮਨਜੀਤ ਸਿੰਘ ਬਰਾੜ, ਬਹੁਤ ਮਾਰੂ ਨੀਤੀਆਂ ਮੁਲਾਜ਼ਮਾਂ ਦੀਆਂ ਮਾਰੂ ਨੀਤੀਆਂ 'ਤੇ ਚੱਲ ਰਿਹਾ ਜੀ, ਅਸੀਂ ਇਹ ਨੀਤੀ ਬਿਲਕੁਲ ਨਹੀਂ ਹੋ ਰਹੀ ਚੱਲਣ ਦੇਣੀ, ਅਸੀਂ ਜੋ ਸਾਨੂੰ ਪੰਜਾਬ ਸਰਕਾਰ ਪਹਿਲਾਂ ਦਿੰਦੀ ਆ ਉਹੀ ਅਸੀਂ ਪੱਤੇ ਲੈ ਕੇ ਹਟਾਂਗੇ ਜੀ, ਉਹੀ ਦੇਣੇ ਪੈਣਗੇ ਇਹਨੂੰ। ਇਹਦੀ ਬਦਲੀ ਵੀ ਹੋ ਗਈ ਸੀ ਚੋਰ ਮਾਰੂ ਨੀਤੀਆਂ ਰਾਹੀਂ, ਆਪਦੀ ਬਦਲੀ ਰੁਕਵਾ ਕੇ ਆ ਗਿਆ। ਕੱਚੇ ਵਰਕਰ ਸਾਡੇ 15-15 ਸਾਲਾਂ ਤੋਂ 20-20 ਸਾਲਾਂ ਤੋਂ ਉਰੇ ਮੁੰਡੇ ਸਾਡੇ ਕੋਲ ਕੰਮ ਕਰਦੇ ਨੇ, ਆਪਦੀ ਪੈਰਾਸੂਟ ਰਾਹੀਂ ਸਿੱਧੀ ਭਰਤੀ ਜਿਵੇਂ ਦੱਸਿਆ ਪਹਿਲਾਂ ਕਰਕੇ, ਪਤਾ ਨਹੀਂ ਕੀ ਕਰਦਾ ਉੱਥੋਂ ਭਰਤੀ ਸਿੱਧੀ ਭਰਤੀ ਕਰਕੇ ਸਾਡੇ ਕੋਲ ਭੇਜ ਦਿੰਦਾ। ਹੁਣ ਵੀ ਕਹਿੰਦਾ ਮੈਂ 100 ਕਲਰਕ ਰੱਖਣਾ, 50 ਮਕੈਨਿਕ ਰੱਖਣੇ ਨੇ, 50 ਲੈਬ ਅਸਿਸਟੈਂਟ ਰੱਖਣੇ ਨੇ। ਅਸੀਂ ਉਹਨੂੰ ਕਿਹਾ ਮੀਟਿੰਗ ਦੇ ਵਿੱਚ 5 ਤਰੀਕ ਨੂੰ ਵੀ ਜਿਹੜੇ ਸਾਡੇ 15-15 ਸਾਲਾਂ ਦੇ ਬੰਦੇ ਕੰਮ ਕਰਦੇ ਨੇ ਉਹ ਤਾਂ ਸਾਰਾ ਕੁਝ ਜਾਣਦੇ ਨੇ, ਪਰ ਜਿਹੜੇ ਨਵੇਂ ਮੁੰਡੇ ਤੁਸੀਂ ਭੇਜਦੇ ਉਹਨਾਂ ਨੂੰ ਕੁਝ ਨਹੀਂ ਆਉਂਦਾ। ਅਸੀਂ ਪੁਰਾਣੇ ਬੰਦਿਆਂ ਨੂੰ ਕਹਿੰਦੇ ਵੀ ਪਹਿਲਾਂ ਸਾਡੇ 15-15 ਸਾਲਾਂ ਮੁੰਡੇ ਪੱਕੇ ਕਰੋ, ਬਾਅਦ 'ਚ ਜਿਹੜੇ ਆਪਦਾ ਰੱਖੀ ਬਾਅਦ 'ਚ ਜੋ ਮਰਜ਼ੀ ਕਰਿਓ, ਅਸੀਂ ਡੀਲ ਲੈ ਕੇ ਨਹੀਂ ਹੋਣ ਦੇਵਾਂਗੇ। ਲਹਿਰਾ ਗਾਗਾ ਤੋਂ ਅਨਿਲ ਜੈਨ, ਖਬਰ ਹਰਪਲ ਇੰਡੀਆ ਲਈ।